How does it feel now after after the transplant? Good, very good. And what should ਜਦੋਂ ਕਿਸੇ ਤੇ ਬੈਠਾ ਪੈਂਦੀ ਆ ਨਾ, ਨਾ ਉਹ ਬਲੱਡ ਦੇਖਦਾ, ਨਾ ਰਿਲੀਜਨ ਦੇਖਦਾ। ਟੌਪਿਕ ਸਟਾਰਟ ਕਰਾਂਗੇ। 98% ਇਹ ਸਕ੍ਰਿਪਟਡ ਆ। ਕੱਲ ਪਾਕਿਸਤਾਨ ਦੀ ਕੁੜੀ ਆ, ਯੰਗ ਕੁੜੀ ਆ, ਬੱਚੀ ਆ, 13-14 ਸਾਲ ਦੀ ਆ। ਸਾਡੇ ਪੈਸਿਆਂ ਪਿੱਛੇ ਨੰਗੇ ਹੁੰਦੇ ਫਿਰਦੇ ਹੁੰਦੇ ਹੋ। ਸਵੇਰੇ ਤੁਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ ਹੋ, ਤੇ ਤੁਸੀਂ ਕੋਈ ਠੇਕੇਦਾਰ ਨਹੀਂ ਗੇ ਜਿਹੜੇ ਰਾਤ ਨੂੰ ਬਹਿ ਕੇ ਬੋਲਦੇ ਆ ਨਾ ਟਿਕਟੌਕ ਤੇ। ਅਸੀਂ ਆਹ ਦੋ ਕੈਮਰੇ ਲਿਆਂਦੇ, ਹੈ ਆਹ ਟੇਬਲ ਲਾ ਕੇ ਅਸੀਂ ਬਹਿ ਗਏ। ਹੁਣ ਅਸੀਂ ਅਸੀਂ ਬਣ ਗਏ ਬਈ, ਅਸੀਂ ਹੁਣ ਇੱਥੇ ਫੈਸਲੇ ਕਰਨੇ ਦੁਨੀਆ, ਕਿਉਂਕਿ ਆਪਣੇ ਪੰਜਾਬ ਤੋਂ ਉੱਧਰਲੇ ਪੰਜਾਬ 'ਚ ਨਨਕਾਣਾ ਸਾਹਿਬ ਮੱਥਾ ਟੇਕਣ ਵੀ ਜਾਂਦੇ ਨੇ, ਹੈ ਨਾ। ਹੇਟ ਦੀ ਨਾ ਲਿਮਿਟ ਨਹੀਂ ਹੁੰਦੀ ਗੀ, ਹੇਟ ਦਾ ਨੁਕਸਾਨ ਜ਼ਰੂਰ ਹੁੰਦਾ ਗਾ। ਔਨਲਾਈਨ ਤਾਂ ਵੱਡੇ ਵੱਡੇ ਵਾਰੀਅਰ ਦੇਖ ਲਏ ਯਾਰ, ਔਨਲਾਈਨ ਤਾਂ ਵੱਡੇ ਵੱਡੇ ਬਦਮਾਸ਼ ਦੇਖ ਲਏ, ਪਿੱਛੇ ਭੇਡਾਂ ਵੀ ਆਉਂਦੀਆਂ ਨੇ, ਸਹੀ ਆ। ਉਹ ਭੇਡਾਂ ਬਹੁਤ ਕਾਲਰ ਵੀ ਹੈਗੇ ਆ ਉਹ 'ਚ, ਵੀਡੀਓ ਪਾ ਕੇ ਈਜ਼ੀਲੀ ਗਾਲ ਕੱਢ ਦੇਣਾ ਸਾਰਿਆਂ ਨੂੰ, ਹੈ ਨਾ, ਵੀ ਤੁਸੀਂ ਇੱਦਾਂ ਜਾਂ ਉੱਦਾਂ, ਇਹਨੂੰ ਬੰਦ ਕਰਨਾ ਸਾਰੇ। ਵੈਲਕਮ ਆ ਜੀ ਤੁਹਾਡਾ ਸਾਡੇ ਡੂਗਰੋ ਵਲੌਗ ਚੈਨਲ ਦੇ ਵਿੱਚ। ਵੈਲਕਮ ਸਾਰਿਆਂ ਦਾ, ਸਵਾਗਤ ਕਰ ਲਈ ਆਪਾਂ ਬੰਦਿਆਂ ਦਾ ਆਪਣੇ ਦਾ, ਹੈ। ਕਿੰਨੇ ਦਿਨ ਹੋ ਗਏ ਤੁਹਾਡੇ ਆਪਾਂ ਨੂੰ? 3-4 ਦਿਨ, 3-4 ਦਿਨ ਹੋ ਗਏ ਨਾ। ਅਤੇ ਲੇਕਿਨ ਅਸੀਂ ਫਿਰ ਵੀ ਟਰਾਈ ਕਰ ਦਿੰਦੇ ਕਿ ਅਸੀਂ ਆ ਜਾਈਏ, ਮਤਲਬ ਰੈਗੂਲਰ ਰਹੀਏ। ਬਹੁਤ ਵੀਡੀਓਜ਼ ਆਪਾਂ ਮਿਹਨਤ ਕਰ ਰਹੇ ਹਾਂ, ਹੈ ਨਾ, ਇਹਨਾਂ ਚੀਜ਼ਾਂ 'ਤੇ ਦੇਖ ਰਹੇ ਹੋਣਗੇ। ਹੁਣ ਤਾਂ ਆਪਣੀਆਂ ਵੀਡੀਓ ਧੜਾ ਧੜਾ ਆਪਾਂ ਪਾ ਰਹੇ ਹਾਂ। ਹਾਂ, ਅਤੇ ਪਿਆਰ ਵੀ ਮਿਲ ਰਿਹਾ ਤੁਹਾਡੇ ਵੱਲੋਂ, ਕਮੈਂਟ ਵੀ ਆ ਰਹੇ ਨੇ, ਲਾਈਕ ਵੀ ਆ ਰਹੇ ਨੇ। ਅਤੇ ਸਭ ਤੋਂ ਜ਼ਿਆਦਾ ਜਿਹੜਾ ਪਿਆਰ, ਬੜਾ ਸ਼ੋਰਟ, ਮਤਲਬ ਸ਼ੋਰਟਲੀ ਤੇਜ਼ ਰਫ਼ਤਾਰ ਨਾਲ ਜੋ ਸਾਨੂੰ ਪਿਆਰ ਮਿਲਿਆ, ਠਰਕਿਆਂ ਵਾਲੀ ਵੀਡੀਓ 'ਤੇ ਸਲੂਟ, ਠਰਕਿਓ ਠਰਕਿਓ ਅਤ ਠਰਕਿਓ ਸਲੂਟ। ਅਤੇ ਅੱਜ ਦਾ ਆਪਾਂ ਜੋ ਮੈਟਰ ਲੈ ਕੇ ਆਏ ਹਾਂ, ਮੁੱਦਾ ਜਿਹੜਾ ਚੱਲ ਰਿਹਾ ਵਾ ਅੱਜ ਕੱਲ੍ਹ, ਅਤੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਭਖਿਆ ਹੋਇਆ ਔਰ ਪੀਕ 'ਤੇ ਆ ਉਹ, ਔਰ ਇੰਨੇ ਜ਼ਿਆਦਾ ਮਤਲਬ ਲੋ ਲੈਵਲ 'ਤੇ ਪਹੁੰਚ ਗਿਆ ਉਹ, ਅਤੇ ਆਪਾਂ ਉਹ ਸੋਚ ਵੀ ਨਹੀਂ ਸਕਦੇ ਉਹ ਚੀਜ਼ ਨੂੰ, ਵੀ ਐਂ ਹੋਣੀ ਨਹੀਂ ਚਾਹੀਦੀ ਸੀ ਉਹ ਆਪਣੇ ਜਿਹਨੂੰ ਨੇੜੇ ਤੇੜੇ ਵੀ ਇਹ ਚੀਜ਼ ਹੋਵੇ ਨਾ, ਕਿਉਂਕਿ ਨਫ਼ਰਤ ਦਾ ਕੋਈ ਤੋੜ ਨਹੀਂ ਹੈਗਾ, ਨਫ਼ਰਤ ਦਾ ਸਿਰਫ ਨੁਕਸਾਨ ਹੀ ਹੈ। ਕਿਉਂ ਛੋਟੇ? ਜਮ੍ਹਾਂ ਨੁਕਸਾਨ ਆ ਬਾਈ। ਗੱਲ ਇਹ ਆ, ਪਤਾ ਨਹੀਂ ਇਹ ਮੁੱਦਾ ਐਡਾ ਵੱਡਾ ਬਣਿਆ ਕਿਉਂ। ਮੁੱਦਾ ਤੁਹਾਨੂੰ ਇੱਕ ਵਾਰੀ ਦੱਸ ਦਿੰਦੇ ਅਸੀਂ, ਕਿਹੜਾ ਮੁੱਦਾ, ਮਤਲਬ ਕਿਹੜਾ ਟੌਪਿਕ ਅਸੀਂ ਗੱਲ ਕਰ ਰਹੇ ਹਾਂ, ਜੋ ਅੱਜ ਕੱਲ੍ਹ ਚੱਲ ਰਿਹਾ ਵਾ ਇੱਧਰੋਂ ਪਾਕਿਸਤਾਨੀ ਭਾਈਚਾਰਾ, ਹੈ ਨਾ, ਅਤੇ ਇੱਧਰੋਂ ਆਪਣਾ ਇੰਡੀਆ ਪੰਜਾਬ, ਦੋਨਾਂ 'ਚ ਕਲੈਸ਼ ਚੱਲ ਰਿਹਾ ਵਾ ਰਿਲੀਜੀਅਸ ਮੈਟਰ ਨੂੰ, ਜਿਹੜਾ ਆਪਾਂ ਕਹਿ ਦਈਏ ਕਿ ਉਹ ਇੱਕ ਦੂਜੇ ਨੂੰ ਆਪਦੇ ਰਿਲੀਜਨ ਨੂੰ ਲੈ ਕੇ ਬੜੇ ਉਹ ਅਫੈਂਡ ਹੋ ਗਏ, ਇੱਧਰੋਂ ਆਪਣੇ ਰਿਲੀਜਨ ਨੂੰ ਲੈ ਕੇ ਬੜੇ ਅਫੈਂਡ ਹੋ ਗਏ, ਹੈ ਨਾ, ਬੰਦੇ, ਅਤੇ ਇਹ ਚੀਜ਼ ਬਹੁਤ ਜ਼ਿਆਦਾ ਜੋ ਕਿ ਚੰਗੀ ਨਹੀਂ ਲੱਗ ਰਹੀ। ਸ਼ਾਇਦ ਕਈ ਇੰਡੀਆ ਵਾਲਿਆਂ ਨੂੰ ਪਤਾ ਨਹੀਂ ਹੋਣਾ ਬਈ, ਕਿਉਂਕਿ ਰੀਲ 'ਤੇ ਨਹੀਂ ਚੱਲ ਰਿਹਾ ਇਹ, ਜ਼ਿਆਦਾਤਰ ਮੁੱਦਾ ਓਨਲੀ ਟਿਕਟੌਕ 'ਤੇ ਆ, ਟਿਕਟੌਕ ਜ਼ਿਆਦਾਤਰ ਟਿਕਟੌਕ 'ਤੇ ਹੀ ਆ। ਇਸ ਲਈ ਬਹੁਤ ਆਪਣੇ ਪੰਜਾਬੀਆਂ ਨੂੰ, ਇੰਡੀਆ ਵਾਲਿਆਂ ਨੂੰ ਪਤਾ ਵੀ ਨਹੀਂ ਹੋਣਾ ਇਹ ਮੁੱਦਾ, ਤਾਂ ਨਹੀਂ ਹੋਣਾ ਚਾਹੀਦਾ ਸੀ ਇਹ। ਇਹ ਯਾਰ ਇਹ ਗੱਲਾਂ ਕਿੱਧਰ ਨੂੰ ਲੈ ਗਏ, ਇੰਜੋਏ ਕਰਨ ਵਾਲੀ ਚੀਜ਼ ਆ ਪਲੇਟਫਾਰਮ, ਇਹ ਇੱਕ ਵਿਊ ਦੀ ਖਾਤਰ, ਆਈ ਥਿੰਕ ਮੈਨੂੰ ਤਾਂ ਵਿਊ ਦੀ ਗੇਮ ਲੱਗਦੀ ਆ ਇਹ ਸਾਰਾ ਮੈਟਰ ਆ ਨਾ। ਅਗਰ ਤੁਹਾਨੂੰ ਨੌਲੇਜ ਹੋਵੇ ਜਾਂ ਅਗਰ ਕੋਈ ਇਹਨੇ ਗੱਲ ਸਹੀ ਕਹੀ ਹੈ ਛੋਟੇ ਨੇ, ਵੀ ਇੰਡੀਆ ਦੇ ਵਿੱਚ ਟਿਕਟੌਕ ਨਹੀਂ ਚੱਲਦੀ, ਟਿਕਟੌਕ 'ਤੇ ਜ਼ਿਆਦਾ ਭਖਿਆ ਹੋਇਆ ਮੈਟਰ ਆ, ਔਰ ਤੁਸੀਂ ਅਗਰ ਟਿਕਟੌਕ ਖੋਲੋਗੇ ਇੰਨਾ ਕੁ ਜ਼ਿਆਦਾ ਮਤਲਬ ਬੁਰਾ ਹਾਲ ਹੋ ਚੁੱਕਿਆ। ਦੂਜੀ ਤੀਜੀ ਵੀਡੀਓ ਇਹੀ ਆ ਰਹੀ ਆ ਯਾਰ, ਆਪਣਾ ਕੋਈ ਰਾਈਟ ਨਹੀਂ ਹੈਗਾ ਕਿ ਮੈਂ ਕਿਸੇ ਦੇ ਧਰਮ ਨੂੰ ਔਰ ਕਿਸੇ ਨੂੰ ਵੀ ਮੈਂ ਡੀਗ੍ਰੇਡ ਕਰਾਂ, ਠੀਕ ਆ, ਜਾਂ ਉਹਨੂੰ ਮੈਂ ਗਾਲ ਕੱਢਾਂ, ਜਾਂ ਉਹਨੂੰ ਮੈਂ ਮਤਲਬ ਵੀਡੀਓ ਬਣਾ ਕੇ ਆਪਦੇ ਮਤਲਬ ਫਾਇਦੇ ਲਈ, ਹੈ ਨਾ, ਉਹਨੂੰ ਮੈਂ ਯੂਜ਼ ਕਰਾਂ। ਇੱਥੇ ਇਹ ਪਲੇਟਫਾਰਮ ਦਾ ਕੀ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ? ਜੇ ਤੁਹਾਨੂੰ ਗਾਲਾਂ ਪੈਂਦੀਆਂ, ਜੇ ਤੁਹਾਨੂੰ ਕੋਈ ਗਾਲਾਂ ਕੱਢ ਰਿਹਾ, ਗਾਲਾਂ ਅੱਜ ਕੱਲ੍ਹ ਜ਼ਿਆਦਾ ਕੱਢਦੇ ਲੋਕ, ਤੁਸੀਂ ਤਾਂ ਵੀ ਫੇਮਸ ਹੋ ਰਹੇ ਹੋ, ਉਹ 'ਚ ਵਿਊ ਜ਼ਿਆਦਾ ਆਉਂਦੇ ਪਏ ਆ, ਮੀਨਸ ਤੁਹਾਡਾ ਪੇਜ
ਅਪ ਹੋ ਜਾਂਦਾ ਵਾ। ਇਸ ਲਈ ਲੋਕੀ ਆਈ ਥਿੰਕ ਮੁੱਦੇ ਚਾਹੁੰਦੇ ਆ ਇਹ ਵੀ ਅਸੀਂ ਗਲਤ ਤੋਂ ਗਲਤ ਬੋਲੀਏ, ਅਸੀਂ ਗਾਲਾਂ ਖਾਈਏ, ਅਸੀਂ ਫੇਮਸ ਹੋ ਜਾਈਏ। ਬਟ ਜਿਹੜਾ ਆਹ ਮੁੱਦਾ ਇਹ ਫੇਮ ਵਾਲਾ ਮੁੱਦਾ ਨਹੀਂ ਸੀਗਾ, ਜਿਹੜਾ ਰਿਹਾ ਨਹੀਂ ਸੀਗਾ। ਮਤਲਬ ਛੋਟੇ ਮੈਨੂੰ ਲੱਗਦਾ ਉਹ ਬੰਦੇ ਨੇ ਸੋਚਣਾ ਵੀ ਫੇਮ ਲਈ ਅਸੀਂ ਕਰ ਲਈਏ। ਹਾਂ ਸਾਡੇ ਟਿਕਟੋਕ ਤੇ ਬੜਾ ਅੱਜ ਕੱਲ ਮੈਚ ਚੱਲਦਾ ਵਾ, ਪੈਸੇ ਕਮਾ ਲਈਏ ਥੋੜੇ ਚਾਰ ਤੇ ਬਾਅਦ ਵਿੱਚ ਸੌਰਟ ਆਊਟ ਹੋ ਜੂਗਾ। ਬਿਲਕੁਲ, ਲੇਕਿਨ ਇਹ ਬਹੁਤ ਜ਼ਿਆਦਾ ਪਾਰ ਹੋ ਚੁੱਕਿਆ ਇਹ ਚੀਜ਼। ਇਹ ਇਹਨੂੰ ਜਿੱਥੇ ਵੀ ਹੈਗਾ ਪਲੀਜ਼ ਦੋਨੇ ਮਤਲਬ ਆਪਾਂ ਦੋਨੇ ਧਿਰਾਂ ਉੱਥੇ ਹੀ ਸਟੋਪ ਕਰ ਦਿਓ, ਕਿਉਂਕਿ ਮੇਰੇ ਲਈ ਬਹੁਤ ਈਜ਼ੀ ਆ। ਜਾਂ ਸਮਝ ਲਓ ਮੈਂ ਹੁਣ ਇੱਕ ਵੀਡੀਓ ਮੇਰੇ ਮੂਹਰੇ ਕੈਮਰਾ ਆਨ ਆ ਯਾਰ, ਬਹੁਤ ਈਜ਼ੀ ਆ, ਮੈਂ ਕਿਸੇ ਨੂੰ ਵੀ ਗਾਲਾਂ ਕੱਢਦਾ ਹਨਾ। ਲੇਕਿਨ ਆਪਣੀ ਆਪਣੀ ਜੋ ਸਾਨੂੰ ਸਿਖਾਇਆ ਗਿਆ ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ ਹਨਾ, ਉਹ ਇਜਾਜ਼ਤ ਨਹੀਂ ਦਿੰਦੀ। ਔਰ ਆਪਣੀ ਜੋ ਪੜ੍ਹਾਈ ਲਿਖਾਈ ਹੋਈ ਆ ਇਹ ਇਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿਸੇ ਦੇ ਬਾਰੇ ਵੀ ਆਪਾਂ ਕੁਛ ਵੀ ਬੋਲੀਏ। ਦੋਨਾਂ ਧਿਰਾਂ ਲਈ ਗੱਲ ਆ, ਨੋਟ ਓਨਲੀ ਵਨ, ਸਾਰੇ ਇੱਕ ਹੀ ਆ, ਸਾਰੇ ਸੇਮ ਹੀ ਆ। ਸਭ ਤੋਂ ਵੱਡੀ ਐਗਜ਼ਾਮਪਲ ਮੈਂ ਦੱਸ ਦਿੰਦਾ, ਛੋਟੇ ਆਪਾਂ ਦੁਬਈ 'ਚ ਬੈਠੇ ਹਾਂ, ਦੁਬਈ ਦੇ ਵਿੱਚ ਅਗਰ ਮੈਂ ਯਾਰ ਮੈਨੂੰ ਪੱਕਾ ਨਹੀਂ ਪਤਾ 150-152 ਨੈਸ਼ਨੈਲਿਟੀਜ਼ ਇੱਥੇ ਰਹਿੰਦੀਆਂ ਰਹਿੰਦੀਆਂ ਨੇ ਨਾ, ਇੰਡੀਅਨ ਪਾਕਿਸਤਾਨੀ ਵੀ ਇੱਥੇ ਇਕੱਠੇ ਰਹਿੰਦੇ ਨੇ ਜਮਾਂ, ਸਹੀ ਆ, ਇੱਕ ਰੂਮ ਦੇ ਵਿੱਚ ਰਹਿੰਦੇ ਰਹਿੰਦੇ ਨੇ। ਬਹੁਤ ਸਾਰੀਆਂ ਕੰਟਰੀਆਂ ਦੇ ਕਲੈਸ਼ਸ ਇੱਕ ਦੂਜੇ ਨਾਲ ਚੱਲਦੇ ਨੇ। ਆਪ ਜ਼ਿਆਦਾ ਵਰਲਡ ਵਾਈਡ ਤਾਂ ਫੇਮਸ ਆਪਣਾ ਇੰਡੀਅਨ ਪਾਕਿਸਤਾਨ ਦਾ ਵੀ ਇਹ ਐਨੀਮੀਜ਼ ਕੰਟਰੀ ਨੇ ਹਨਾ, ਲੇਕਿਨ ਬਹੁਤ ਸਾਰੀਆਂ ਕੰਟਰੀਆਂ ਦੇ ਕਲੈਸ਼ਸ ਚੱਲਦੇ ਨੇ। ਲੇਕਿਨ ਉਹਨਾਂ ਦੇ ਲੋਕ ਵੀ ਇੱਕ ਦੂਜੇ ਇੱਥੇ ਨਾਲ ਰਹਿੰਦੇ ਨੇ ਔਰ ਬੜੇ ਪੋਲਾਈਟਲੀ। ਇੱਕ ਦੁਬਈ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਯੂਨਿਟੀ ਦੀ, ਠੀਕ ਆ, ਇੱਥੇ ਉਹ ਹਿਸਾਬ ਨਾਲ ਇੱਥੋਂ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਔਰ ਟਿਕਟੋਕ ਚੱਲਦੀ ਹੀ ਬਾਹਰਲੀਆਂ ਕੰਟਰੀਆਂ 'ਚ ਇੰਡੀਆ ਨੂੰ ਛੱਡ ਕੇ, ਵੀਡੀਓ ਪਾ ਕੇ ਈਜ਼ੀਲੀ ਗਾਲ ਕੱਢ ਦੇਣਾ ਸਾਰਿਆਂ ਨੂੰ ਹਨਾ ਵੀ ਤੁਸੀਂ ਇੱਦਾਂ ਜਾਂ ਉੱਦਾਂ, ਇਹਨੂੰ ਬੰਦ ਕਰਨਾ ਸਾਰਾ ਹੀ, ਕਿਉਂਕਿ ਤੁਸੀਂ ਦੋ ਚਾਰ ਬੰਦਿਆਂ ਦੀ ਖਾਤਰ, ਦੋ ਚਾਰ ਜਿਹੜੇ ਬੰਦੇ ਇੰਨੇ ਸੈਲਫਿਸ਼ ਨੇ ਉਹ ਆਪਦੇ ਬਿਜ਼ਨਸ ਨੂੰ ਲੈ ਕੇ, ਅੱਜ ਕੱਲ੍ਹ ਉਹ ਬਿਜ਼ਨਸ ਹੀ ਆ ਇਹ, ਅੱਜ ਕੱਲ੍ਹ ਉਹ ਆਪਦੇ ਆਪ ਨੂੰ ਪ੍ਰੈਜੈਂਟ ਕਰ ਰਹੇ ਨੇ ਕਿ ਵੀ ਆਰ ਦਾ ਰਖਵਾਲਾ, ਹੈ ਵੀ ਆਰ ਦਾ ਰਖਵਾਲਾ, ਔਰ ਮਤਲਬ ਅਸੀਂ ਅਸੀਂ ਆਪਦੇ ਧਰਮ ਲਈ ਮੂਹਰੇ ਆਵਾਂਗੇ। ਨਹੀਂ ਯਾਰ, ਇਹ ਚੀਜ਼ ਨਹੀਂ ਸਹੀ ਹੈਗੀ। ਸਾਰਿਆਂ ਨੂੰ ਪਤਾ ਵਾ ਵਾਰੀਅਰ ਕੌਣ ਹੁੰਦੇ ਨੇ, ਕੌਣ ਕਿੰਨਾ ਕੋਲ ਮਤਲਬ ਕੌਣ ਲੀਡਰ ਹੁੰਦੇ ਨੇ ਸਭ ਨੂੰ ਪਤਾ। ਤੁਸੀਂ ਫਨ ਸ਼ਨ ਲਈ ਲਾਈਵ ਹੋ ਕੇ ਟਿਕਟੋਕ 'ਤੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ, ਉਹ ਬੰਦੇ ਉਹੋ ਜਿਹੀਆਂ ਪਿੱਛੇ ਭੇਡਾਂ ਵੀ ਆਉਂਦੀਆਂ ਨੇ, ਸਹੀ ਆ, ਉਹ ਭੇਡਾਂ ਬਹੁਤ ਵੀ ਹੈਗੇ ਉਹ ਜੇ ਹੈ, ਭੇਡਾਂ ਬਹੁਤ ਨੇ। ਉਹ ਫਿਰ ਅੱਗੇ ਦੀ ਅੱਗੇ ਆਪਦੀ ਵੀਡੀਓ ਪਾਉਂਦੀਆਂ ਨੇ, ਤੂੰ ਸਾਡੇ ਨੂੰ ਐਂ ਕਰਤਾ, ਮੈਂ ਤੁਹਾਨੂੰ ਐਂ ਕਰ ਦੂੰ, ਜੋ ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ, ਠੀਕ ਆ। ਔਰ ਅਗਰ ਆਪਾਂ ਕਹਿ ਦਈਏ ਕਿ ਮੈਂ ਤੈਨੂੰ ਮਾਰ ਦੂੰ, ਮਾਰਨਾ ਹੀ ਸਭ ਤੋਂ ਵੱਡਾ ਗੁਨਾਹ ਵਾ, ਕਿਸੇ ਨੂੰ ਕੋਈ ਕਤਲ ਕਰਨਾ ਜਾਂ ਮਰਡਰ ਕਰਨਾ ਜਾਂ ਕੁਛ ਵੀ ਕਰਨਾ, ਸਭ ਤੋਂ ਵੱਡਾ ਗੁਨਾਹ ਇਹੀ ਚੀਜ਼ ਆ ਬਈ। ਮਾਰਨ ਤੱਕ ਪਹੁੰਚੀ ਕਿਉਂ, ਇੱਡੀ ਗੱਲ ਹੈ ਹੀ ਨਹੀਂ ਸੀ। ਹਾਂ ਹਾਂ, ਇੱਕ ਮੇਰੀ ਵੀਡੀਓ ਚੰਗੀ ਨਹੀਂ ਲੱਗੀ ਕਿਸੇ ਨੂੰ, ਮੈਨੂੰ ਕੋਈ ਗਾਲਾਂ ਕੱਢ ਸਕਦਾ, ਡਿਫਰੈਂਟ ਕੇਸ ਆ, ਰਾਈਟ। ਇੱਕ ਰਿਲੀਜੀਅਸ ਨੂੰ ਤੁਸੀਂ ਨਹੀਂ ਫੜ ਸਕਦੇ, ਕਿਸੇ ਦੇ ਵੀ ਹੋਵੇ, ਮੇਰਾ ਹੋਵੇ, ਤੇਰਾ ਹੋਵੇ, ਕਿਸੇ ਦਾ ਵੀ ਹੋਵੇ, ਤੁਸੀਂ ਉਹਨੂੰ ਨਹੀਂ ਬੋਲ ਸਕਦੇ। ਉੱਤੋਂ ਦੀ ਬੋਲਣਾ ਅਲੱਗ, ਫੋਟੋਆਂ ਲਾ ਲਾ ਕੇ, ਗਲਤ ਫੋਟੋਆਂ ਲਾ ਲਾ ਕੇ ਉਹ ਲਾਈਵ 'ਤੇ ਬੈਠੇ ਆ, ਕੋਈ ਵੀਡੀਓ ਪਾ ਰਿਹਾ ਵਾ, ਨੋਟ ਵਨ ਸਾਈਡ, ਦੋਨੇ ਸਾਈਡਾਂ ਦੀ ਗੱਲ ਕਰ ਰਿਹਾ ਮੈਂ। ਤੁਹਾਨੂੰ ਹੱਕ ਕਿਹਨੇ ਦਿੱਤਾ ਵਾ ਬਈ ਅਸੀਂ ਆਪਦੇ ਧਰਮ ਦੀ ਰਾਖੀ ਕਰਾਂਗੇ? ਹਾਂ ਬਈ, ਇਹ ਚੀਜ਼ ਆ, ਇਹ ਚੀਜ਼ ਆ ਵੀ ਆਪਾਂ ਕੌਣ ਹੁੰਦੇ ਹਾਂ ਯਾਰ, ਦਿਹਾੜੀ ਦਾ ਮਸਲਾ ਵਾ, ਪੈਸੇ ਲਈ ਤੁਸੀਂ ਮਰ ਰਹੇ ਹੋ, ਹੈਂ, ਸ਼ਾਮ ਨੂੰ ਰੋਟੀ ਪਤਾ ਨਹੀਂ ਜੋੜਨੀ ਆ, ਪਤਾ ਨਹੀਂ ਜੋੜਨੀ, ਇੱਥੇ ਆ ਕੇ ਔਨਲਾਈਨ ਆ ਕੇ ਅਸੀਂ ਰਖਵਾ ਲਏ। ਔਨਲਾਈਨ ਤਾਂ ਵੱਡੇ ਵੱਡੇ ਵਾਰੀਅਰ ਦੇਖ ਲਏ ਯਾਰ, ਔਨਲਾਈਨ ਤਾਂ ਵੱਡੇ ਵੱਡੇ ਬਦਮਾਸ਼ ਦੇਖ ਲਏ ਹਨਾ, ਪੈ ਕੇ ਗਾਲਾਂ ਕੱਢ ਦਿਉ, ਉਹ ਉੱਧਰੋਂ ਉੱਧਰੋਂ ਇੰਡੀਆ 'ਚੋਂ ਗਾਲਾਂ ਕੱਢੀ ਜਾ ਰਹੇ ਨੇ, ਇੱਧਰੋਂ ਪਾਕਿਸਤਾਨ 'ਚੋਂ ਗਾਲਾਂ ਕੱਢੀ ਜਾ ਰਹੇ ਨੇ, ਠੀਕ ਆ, ਲੈਣਾ ਦੇਣਾ ਸਾਨੂੰ ਕੁਛ ਨਹੀਂ, ਠੀਕ ਆ। ਅਤੇ ਇਹ ਮੁੱਦਾ ਜਿਹੜਾ ਹੈਗਾ, ਅਗਰ ਜਿੰਨੀਆਂ ਮਰਜ਼ੀ ਯਾਰ ਹੇਟ ਆ, ਹੇਟ ਦੀ ਨਾ ਲਿਮਿਟ ਨਹੀਂ ਹੁੰਦੀ ਗੀ, ਹੇਟ ਦਾ ਨੁਕਸਾਨ ਜ਼ਰੂਰ ਹੁੰਦਾ ਗਾ, ਠੀਕ ਆ, ਹੇਟ ਦਾ ਨੁਕਸਾਨ ਜ਼ਰੂਰ ਹੁੰਦਾ ਦੋ ਧਿਰਾਂ ਨੂੰ, ਸਭ ਸਭ ਨੂੰ ਪਤਾ, ਸਭ ਨੂੰ ਪਤਾ ਇਹ
ਇਹ ਭਾਈਚਾਰਾ ਇੱਕ ਯੂਨਿਟੀ ਦੇ ਵਿੱਚ ਹੈਗਾ ਵਾ, ਠੀਕ ਹੈ। ਔਰ ਇਹ ਗੱਲ ਜੱਗ ਜ਼ਾਹਿਰ ਵੀ ਆ, ਕਿਉਂਕਿ ਆਪਣੇ ਪੰਜਾਬ ਤੋਂ ਉਧਰਲੇ ਪੰਜਾਬ 'ਚ ਨਨਕਾਣਾ ਸਾਹਿਬ ਮੱਥਾ ਟੇਕਣ ਵੀ ਜਾਂਦੇ ਨੇ, ਹੈ ਨਾ, ਸਾਰਾ ਕੁਛ ਸਾਰਿਆਂ ਨੂੰ ਪਤਾ, ਸਾਰਾ ਜੱਗ ਜ਼ਾਹਿਰ ਅੱਛੀ ਯੂਨਿਟੀ ਆ ਮਤਲਬ ਬਣੀ ਹੋਈ ਇਹਨਾਂ ਦੇ ਵਿੱਚ। ਉਹ ਦੋ ਚਾਰ ਲੰਡੂ ਉੱਠ ਕੇ ਹੇਟ ਸਪੀਚ ਕਰਕੇ ਹੇਟ ਵੀਡੀਓ ਪਾ ਕੇ ਤੁਸੀਂ ਬਹੁਤ ਜਲਦੀ ਓਫੈਂਡ ਹੋ ਜਾਂਦੇ ਹੋ ਕਿਸੇ ਨੂੰ ਵੀ ਲੈ ਕੇ। ਉਹਨੂੰ ਇੱਕ ਸਭ ਤੋਂ ਨਰਮ ਚੀਜ਼ ਪਤਾ ਕੀ ਆ, ਅਗਰ ਕਿਤੇ ਵੀ ਤੂੰ ਲੜਾਈ ਪਵਾਉਣੀ ਹੈ ਜਾਂ ਕਿਤੇ ਵੀ ਕੁਛ ਕਰਨਾ, ਧਰਮ ਧਰਮ, ਤੂੰ ਧਰਮ ਨੂੰ ਲਿਆ ਵਿੱਚ, ਦੁਨੀਆ ਅੱਡੋ ਫਾਟੀ ਇੱਕੋਦਮ ਹੋ ਜਾਣੀ ਹੈ, ਉੱਥੇ ਕਤਲੇਆਮ ਸ਼ੁਰੂ ਹੋ ਜਾਣਾ ਵਾ, ਉੱਥੇ ਲੋਕਾਂ ਨੇ ਅਫੈਂਡ ਹੋਣਾ ਸ਼ੁਰੂ ਹੋਣਾ। ਇਹ ਚੀਜ਼ਾਂ ਚੱਲੀਆਂ ਆਈਆਂ ਨੇ ਔਰ ਅੱਜ ਕੱਲ੍ਹ ਲੋਕਾਂ ਨੂੰ ਪਤਾ ਵੀ ਆ, ਪਹਿਲਾਂ ਪੋਲੀਟੀਸ਼ੀਅਨਸ ਨੂੰ ਪਤਾ ਹੁੰਦੀਆਂ ਸੀ, ਅੱਜ ਵੀ ਉਹ ਕਰਦੇ ਨੇ, ਲੇਕਿਨ ਅੱਜ ਨੋਰਮਲ ਤੂੰ ਮੈਨੂੰ ਵੀ ਪਤਾ ਹੋ ਗਿਆ, ਲੋਕਾਂ ਜਿਨ੍ਹਾਂ ਨੇ ਫਲਾਈ ਆ ਹੁਣ ਇਹਨਾਂ ਨੂੰ ਵੀ ਪਤਾ, ਸਾਨੂੰ ਵਿਊ ਆਉਣਗੇ, ਉਹਨਾਂ ਨੂੰ ਫਲਾਈ ਆ। ਹਾਂ, ਹੁਣ ਅਸੀਂ ਵੀ, ਕਿਉਂਕਿ ਅਸੀਂ ਬਹਿ ਗਏ ਇੱਥੇ ਪੋਡਕਾਸਟ ਕੈਮਰਾ ਲਾ ਕੇ ਬਹਿ ਗਏ, ਅਸੀਂ ਜੀ ਬਣ ਗਏ ਨਿਊਜ਼ ਵਾਲੇ, ਹੈਂ, ਅਸੀਂ ਆਹ ਦੋ ਕੈਮਰੇ ਲਿਆਂਦੇ, ਹੈਂ, ਆਹ ਟੇਬਲ ਲਾ ਕੇ ਅਸੀਂ ਬਹਿ ਗਏ, ਹੁਣ ਅਸੀਂ ਬਣ ਗਏ ਬਈ, ਅਸੀਂ ਹੁਣ ਇੱਥੇ ਫੈਸਲੇ ਕਰਨੇ ਦੁਨੀਆ ਦੇ, ਹੈਂ, ਸਾਨੂੰ ਇੰਨੀ ਪਾਵਰ ਮਿਲ ਗਈ ਆ, ਅਸੀਂ ਹੁਣ ਇੱਥੇ ਆ ਕੇ ਕੁਛ ਵੀ ਬਕਾਂਗੇ, ਔਰ ਸਾਨੂੰ ਸੁਣਨ ਵਾਲੇ ਵੀ ਹੈ, ਮੈਨੂੰ ਜੀ ਉਹ ਜੀ ਫੋਲੋਅਰ ਵੀ ਹੁੰਦੇ ਆ, ਹਾਂ, ਜਦੋਂ ਬੋਲਦਾ ਨਾ ਉਹ ਜੇ ਫੋਲੋਅਰ ਪਿੱਛੇ ਹੈ, ਤੂੰ ਯਕੀਨ ਮੰਨ ਯਾਰ, ਕਿੱਥੇ ਆਪਾਂ ਨੂੰ ਚੂਜ਼ ਕਰਨੇ ਚਾਹੀਦੇ ਆ ਵਧੀਆ ਲੀਡਰ ਸਿੰਗਰ, ਯਾਰ ਉਹ ਸੋਨੂ ਸੀਤੂ ਹੋਣੀ ਵਾਲੇ ਚੱਲੀ ਜਾਂਦੇ ਆ, ਉਹਨੇ ਫੋਲੋਅਰ ਇੱਕ ਇੱਕ ਐਜੂਕੇਟਡ ਵੀਡੀਓ ਜਿਹੜਾ ਪਾਉਂਦਾ ਵਾ ਉਹਦੇ ਨਹੀਂ ਹੋਣੇਗੇ ਜਿੰਨੇ ਉਹਨੂੰ ਆਉਂਦੇ ਆ, ਉਹ ਕੀ ਆ ਉਹ ਸ਼ਟ ਨੀਟੂ ਸ਼ਟਰਾਂ ਵਾਲਾ, ਠੀਕ ਆ, ਸਾਰੇ ਚੱਲਦੇ ਨੇ ਯਾਰ ਇੱਥੇ, ਔਰ ਦੁਨੀਆ ਉਹਨਾਂ ਦੇ ਮਗਰ ਕਰੇਜ਼ੀ ਆ, ਕਿਸੇ ਨੂੰ ਉਹ ਚੀਜ਼ ਢੰਗ ਦੀ ਚੀਜ਼ ਚਾਹੀਦੀ ਨਹੀਂ, ਇਸ ਕਰਕੇ ਇੱਥੇ ਨਫ਼ਰਤ ਵੀ ਜਿਹੜੀ ਅਗਰ ਆਪਾਂ ਸੁੱਟਾਂਗੇ ਨਾ ਅੱਗ ਦੀ ਤੀਲੀ ਲਾਵਾਂਗੇ, ਉਹ ਉਹਨੂੰ ਵੀ ਫੋਲੋ ਕਰਨ ਵਾਲੇ ਪਿੱਛੇ ਦੜਾ ਦੜਾ ਆ ਜਾਂਦੇ। ਇੰਨੀ ਲੰਬੀ ਨਹੀਂ ਜਾਣੀ ਚਾਹੀਦੀ ਸੀ, ਤੁਸੀਂ ਆਪਦੇ ਫੋਲੋਅਰ ਤੱਕ ਰੱਖਣੀ ਸੀ, ਆਪਸ 'ਚ ਲੜੀ ਜਾਓ, ਮਰੀ ਜਾਓ, ਮਰ ਜਾਓ, ਤੁਸੀਂ ਇੱਡੀ ਵਧਾ ਕਿਉਂ ਲਈ। ਬਾਕੀ ਹਜੇ ਵੀ ਤੁਸੀਂ ਟੌਪਿਕ ਬੰਦ ਨਹੀਂ ਕਰ ਰਹੇ, ਧਮਕੀਆਂ ਦੇ ਰਹੇ ਹੋ, ਜਿਹਨੇ ਕੁਛ ਕਰਨਾ ਹੁੰਦਾ ਨਾ ਤਾਂ ਇਹ ਲਾਈਵ 'ਤੇ ਬਹਿ ਕੇ ਆਪਦੇ ਘਰੇ ਆਪਦੀ ਕੰਟਰੀ ਦੇ ਵਿੱਚ ਬਹਿ ਕੇ ਬੋਲਦਾ ਨਹੀਂ ਹੁੰਦਾ, ਦੁੱਖ ਲੱਗਿਆ ਜਾ ਕੇ ਕਰ ਦਿਓ ਯਾਰ, ਕੰਮ ਨਿਬੇੜੋ, ਖਤਮ ਕਰੋ, ਜਿਹਨੂੰ ਜਿਹਦਾ ਦੁੱਖ ਲੱਗਿਆ ਉਹਨੂੰ ਇੱਥੇ ਆਏ ਬਹਿ ਕੇ ਧਮਕੀ ਨਹੀਂ ਦੇਣੀ, ਖਤਮ, ਬਸ ਬੁਰਾ ਲੱਗਿਆ ਖਤਮ ਕਰੋ ਵੀਡੀਓ। ਯਾਰ ਤੁਸੀਂ ਪਿੱਛੇ ਉਹੀ ਵੀਡੀਓ, ਹੁਣ ਜਿਵੇਂ ਮੈਂ ਬੋਲ ਰਿਹਾ, ਮੈਂ ਪਿੱਛੇ ਵੀਡੀਓ ਚਲਾਵਾਂ, ਆਹ ਦੇਖੋ ਜੀ ਇੰਨਾ ਆਹ ਗਲਤ ਬੋਲਿਆ, ਉਹ ਫਿਰ ਕਈਆਂ ਨੂੰ ਦੇਖਣੀ ਆ ਮੇਰੇ ਥਰੂ, ਹਾਂ, ਹੋਰ ਲੋਕ ਹਰਟ ਹੋਣਗੇ, ਇਹਨੂੰ ਰੋਕੋ ਸਾਰੇ ਜਾਣੇ, ਉਹ ਵੀਡੀਓ ਲਾ ਕੇ ਨਾ ਚਲਾਓ, ਬੋਲ ਕੇ ਕਹਿ ਦਿਓ ਭਾਈ ਮੁੱਦਾ ਬੰਦ ਕਰੋ, ਇਹਨੂੰ ਖਤਮ ਕਰੋ ਦੋਨੇ ਸਾਈਡਾਂ, ਤੇ ਤੁਸੀਂ ਕੋਈ ਠੇਕੇਦਾਰ ਨਹੀਂ ਗੇ ਜਿਹੜੇ ਰਾਤ ਨੂੰ ਬਹਿ ਕੇ ਬੋਲਦੇ ਆ ਨਾ ਟਿਕਟੋਕ ਤੇ, ਤੁਹਾਨੂੰ ਕਿਹਨੇ ਠੇਕੇਦਾਰ ਬਣਾਇਆ, ਉਹ ਵੀ ਧਰਮਾਂ ਦਾ, ਹੈਂ, ਉਹ ਵੀ ਧਰਮਾਂ ਦਾ ਠੇਕੇਦਾਰ, ਰਾਤ ਨੂੰ ਬਹਿ ਕੇ ਤੁਸੀਂ ਗੰਦ ਪਾਉਂਦੇ ਹੋ, ਗਾਲਾਂ ਕੱਢਦੇ ਹੋ, ਤੇ ਠੇਕੇਦਾਰ ਤੁਸੀਂ ਧਰਮ ਦੇ ਬਣਦੇ ਹੋ, ਦੋ ਦੋ ਟਕੇ ਰੁਪਏ ਲਈ ਤੁਸੀਂ ਉੱਥੇ ਉਹ ਪੁਸ਼, ਹਾਂਜੀ ਕਰ ਦਿਓ ਜੀ, ਬਟਨ ਦੱਬ ਦਿਓ ਜੀ, ਉਹ ਕਰ ਦਿਓ, ਤੁਸੀਂ ਭੈਣ ਚੋਂ ਭਿਖਾਰੀ ਬਣੇ ਹੁੰਦੇ ਹੋ, ਠੋਕੋ ਲਾਇਕ 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 ਲਈ ਹੁਣ ਤੁਸੀਂ ਸਡਨਲੀ ਬਣ ਗਏ ਇਹ ਧਰਮ ਦੇ ਠੇਕੇ, ਹੁਣ ਤੁਸੀਂ ਧਰਮ ਦੇ ਠੇਕੇ, ਤੁਸੀਂ ਰੋਕ ਅਜੇ ਸਾਂਭੋਗੇ ਧਰਮ ਨੂੰ ਯਾਰ, ਦੋਨੇ ਤੇ ਨਾ, ਦੋਨੇ ਨੋਟ ਇੱਕ, ਦੋਨੇ ਤੇ ਦੋਨੇ, ਕਿਉਂਕਿ ਗਲਤ ਦੋਨੇ ਹੀ ਇਸ ਵਕਤ ਸਪੀਚ ਹੋਈ ਆ, ਸਿਰਫ 20 ਕੁ ਬੰਦੇ ਆ ਮੈਂ ਕਹਿੰਦਾ ਜਿਹੜੇ ਗਿਣਤੀ ਦੇ ਜਿਹੜੇ ਪਾਈ ਜਾਂਦੇ ਹੇਟ ਫੈਲਾ ਰਹੇ ਆ, 20 ਵੀ ਨਹੀਂ ਹੋਣੇ ਗਿਣਤੀ ਦੇ ਗਰੁੱਪ ਜਿਹੜੇ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਗੰਦ ਪਾ ਰਹੇ ਆ, ਰਾਈਟ, ਠੀਕ ਆ ਬਈ, ਹਾਂ ਹਾਂ ਹਾਂ, ਇਹਨੇ ਕੀ ਜ਼ਿਆਦਾ ਨਹੀਂ, ਚੌਲਾਂ ਨੂੰ ਜਿਹੜਾ ਜਿਹੜਾ ਜਿਹਦੇ ਨੇੜੇ ਆ, ਅਗਰ ਮੇਰੇ ਕੋਈ ਇਹਨਾਂ ਚੋਂ ਨੇੜੇ ਹੁੰਦਾ ਨਾ, ਸ਼ਾਇਦ ਚੱਲ ਠੋਕਣਾ ਠਕਾਉਣਾ ਆਪਾਂ ਉਹ ਵਾਲੇ ਹੈ ਨਹੀਂ ਗੇ, ਉਹਨੂੰ ਕਹਿ ਦਿੰਦਾ ਭਾਈ ਹਟ ਜਾ, ਹਟ ਜਾਓ, ਹੈ ਨਾ, ਮਤਲਬ ਹਟਾ ਦਿਓ, ਤੁਸੀਂ ਇੱਕ ਦੂਜੇ ਨੂੰ ਰੋਕੋ, ਤੁਸੀਂ ਸਾੜੋ, ਰਾਤ ਨੂੰ ਬਹਿ ਕੇ ਵਧਾਵਾ ਦਿੰਦੇ ਹੋ, ਇੱਕ ਦੂਜੇ ਨੂੰ ਲਾ ਕੇ ਫੋਟੋ ਉਹਦੀ ਲਾ ਲੈਂਦਾ, ਉੱਧਰਲੇ ਦੀ ਲਾ ਲੈਂਦਾ, ਤੁਸੀਂ ਹੋਰ ਵਧਾਵਾ ਦਿੰਦੇ ਹੋ, ਲੋਕੀ ਡੇਲੀ ਕਿਸੇ ਨਵੇਂ ਨੂੰ ਪਤਾ ਲੱਗਦਾ, ਮੈਨੂੰ ਕਿਹੜਾ ਪਹਿਲੇ ਦਿਨ ਪਤਾ ਲੱਗਿਆ ਸੀ,
ਮੈਨੂੰ ਕਿਸੇ ਦੀ ਵੀਡੀਓ ਜਦੋਂ ਆਈ, ਹਾਂਜੀ ਇਹਦਾ ਮੁੱਦਾ ਇੱਥੋਂ ਸਟਾਰਟ ਹੋਇਆ, ਪਿੱਛੇ ਦੀ ਪਿੱਛੇ ਜਾ ਕੇ ਸਟਾਰਟ ਹੁੰਦਾ, ਅੱਗੇ ਦੀ ਅੱਗੇ ਬੰਦਾ ਦੇਖਦਾ, ਇਹ ਵੀਡੀਓ ਬੰਦ ਕਰੋ, ਕਿਸੇ ਨੂੰ ਦਿਖਾਉਣਾ ਬੰਦ ਕਰੋ, ਔਰ ਜਿਹੜਾ ਰੋਕਦਾ ਸਾਲੇ ਉਹਦੇ ਮਗਰ ਪੈ ਜਾਂਦੇ ਆ ਯਾਰ, ਇਹਨਾਂ ਦਾ ਫੰਡਾ ਲੱਗ ਗਿਆ। ਕਿੱਡੇ ਕੁ ਬਦਮਾਸ਼ ਆ ਇਹ, ਤੁਸੀਂ ਸਭ ਨੂੰ ਹੀ ਮਾਰੀ ਜਾਓਗੇ ਯਾਰ, ਹੈਂ, ਤੁਸੀਂ ਇਕੱਲੇ, ਤੁਹਾਨੂੰ ਹੀ ਧਰਮ ਪਿਆਰਾ ਵਾ, ਕਿਉਂ ਬਾਈ, ਸਹੀ ਗੱਲ ਆ, ਤੁਹਾਨੂੰ ਹੀ ਠੇਕਾ ਦਿੱਤਾ ਵਾ, ਕਿਸੇ ਨੂੰ ਆਪਦਾ ਧਰਮ ਨੀ ਪਿਆਰਾ। ਹੱਦ ਹੋ ਗਈ ਯਾਰ, ਮਾਰ ਦਾਂਗੇ, ਕੱਟ ਦਾਂਗੇ, ਤੁਸੀਂ ਹੀ ਗੰਦ ਪਾਇਆ, ਤੁਸੀਂ ਆਪਦੇ ਆਪਦੇ ਧਰਮਾਂ ਨੂੰ ਬੁਰਾ ਬੁਲਾਇਆ। ਬਾਈ ਜੇ ਉਹ ਦੋਨੇ ਧਿਰਾਂ, ਉਹ 15-20 ਜਾਣੇ, ਹਾਂ, ਜੇ ਇਹ ਗਲਤ ਇੱਕ ਦੂਜੇ ਨੂੰ ਨਾ ਬੋਲਦੇ, ਸਹੀ ਗੱਲ ਆ, ਇਹ ਵੀਡੀਓਆਂ ਇੱਕ ਦੂਜੇ ਦੀਆਂ ਨਾ ਪਾਉਂਦੇ, ਨਾ ਪਾਉਂਦੇ, ਗੰਦ ਪੈਣਾ ਨਹੀਂ ਸੀ। ਤੁਸੀਂ ਬੋਲ ਕੇ ਕਹਿ ਦੋ ਬਾਈ ਆਹ ਗੱਲ ਆ, ਨਹੀਂ ਹੈ, ਹਾਂ ਨਹੀਂ ਹੈ, ਗਾਲਮ ਗਾਲੀ ਕੰਮ ਕਰੋ ਯਾਰ, ਤੁਸੀਂ ਜਿਹੜਾ ਤੁਹਾਡਾ ਕੰਮ ਆ, ਟਿਕਟੋਕ ਤੇ ਲਾਈਵ ਹੋ ਕੇ ਪੈਸੇ ਮੰਗਣਾ, ਮੰਗੋ ਤੁਸੀਂ ਆਪਦਾ, ਆਹ ਤਾਂ ਮੰਗੀ ਜਾਓ ਬੈਠੇ, ਤੁਸੀਂ ਧਰਮ ਨੂੰ ਕਿਉਂ ਲਿਆਉਂਦੇ? ਮਾੜਾ ਕੰਮ ਨੀ ਹੈਗਾ ਉਹ, ਉਹਨੂੰ ਮਾੜਾ ਨੀ ਕਹਿੰਦੇ ਅਸੀਂ, ਲੇਕਿਨ ਤੁਸੀਂ ਮੰਗੋ ਭਾਈ, ਪੈਸੇ ਮੰਗੋ ਉੱਥੋਂ, ਈਜ਼ੀ ਆ, ਈਜ਼ੀ ਮਨੀ, ਈਜ਼ੀ ਮਨੀ ਬਣ ਰਹੀ ਹੈ, ਬਣਾਓ, ਸਭ ਨੂੰ ਬਣਾਉਣੇ ਚਾਹੀਦੇ ਆ, ਲੇਕਿਨ ਏਡੇ ਏਡੇ ਮੁੱਦੇ ਤੁਸੀਂ ਥੋੜੀ ਕੰਟਰੋਵਰਸੀ ਲਈ ਤੁਸੀਂ ਇਹਨਾਂ ਨੂੰ ਲੈ ਕੇ ਵਿੱਚ ਆਓ, ਧਰਮ ਨਾਲ ਵਿੱਚ ਲਿਆਓ ਨਾ, ਰਾਤ ਨੂੰ ਤੁਸੀਂ ਸਾਡੇ ਪੈਸਿਆਂ ਪਿੱਛੇ ਨੰਗੇ ਹੁੰਦੇ ਫਿਰਦੇ ਹੁੰਦੇ ਹੋ, ਸਵੇਰੇ ਤੁਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ ਹੋ, ਤੁਸੀਂ ਦੇਖਿਆ ਮੈਂ ਲਾਈਵ ਦੇ ਵਿੱਚ, ਨੰਗਾ ਮੀਨਸ ਹੁਣ ਇਹ ਨਾ ਸਮਝ ਲਓ ਵੀ ਨੰਗਾ, ਹਨਾ, ਨੰਗਾ ਮੀਨਸ ਪਾਣੀ ਟੀ ਸ਼ਰਟ ਲਾ ਦੀ, ਕੱਪੜਾ ਲਾ ਤਾ, ਉਹ ਕਰਤਾ, ਜੋਕਰ ਵਾਲੇ ਇਹ ਹੁੰਦਾ, ਜੋਕਰ ਵਾਲੇ ਕੰਮ ਕਰਦੇ ਫਿਰਦੇ ਹੋ, ਸਵੇਰ ਨੂੰ ਤੁਸੀਂ ਕਹਿਣਾ ਅਸੀਂ ਠੇਕੇਦਾਰ। ਤੇ ਹੁਣ ਇਹ ਚੀਜ਼ ਸਾਨੂੰ ਇਹ ਵੀ ਪਤਾ, ਇੱਕ ਗੱਲ ਮੈਂ ਦੱਸ ਦਿੰਦਾ, ਸਾਨੂੰ ਵੀ ਪਤਾ ਸ਼ੁਰੂ ਕਿੱਥੋਂ ਹੋਇਆ, ਠੀਕ ਆ, ਪੂਰਾ ਪੂਰਾ ਸਟੈਪ ਪਤਾ ਵਾ, ਅਸੀਂ ਡੀਪਲੀ ਨਹੀਂ ਜਾਣਾ ਚਾਹੁੰਦੇ ਕਿੱਥੋਂ ਸ਼ੁਰੂ ਹੋਇਆ, ਕਿਵੇਂ ਵਧਾਇਆ, ਕਿਵੇਂ ਵਧਿਆ। ਅਸੀਂ ਤਾਂ ਇਹ ਵੀਡੀਓ ਬਣਾਉਣ ਲੱਗੇ ਹਾਂ ਵੀ ਯਾਰ ਹਰ ਇੱਕ ਵੀਡੀਓ, ਦੂਜੀ ਵੀਡੀਓ ਉਹ, ਦੂਜੀ ਵੀਡੀਓ, ਕਿਉਂਕਿ ਅਸੀਂ ਸੋਸ਼ਲ ਮੀਡੀਆ ਨਾਲ ਟੱਚ ਆ, ਅਸੀਂ ਟੱਚ ਰਹਿੰਦੇ ਹਾਂ, ਅਸੀਂ ਉਹਨੂੰ ਦੇਖਦੇ ਹਾਂ, ਜਦੋਂ ਇੱਕ ਵੀਡੀਓ ਛੱਡ ਕੇ ਦੂਜੀ ਯਾਰ ਆਹੀ ਕੰਦਰ ਆਉਂਦੀ ਆ, ਆਉਂਦੀ ਆ, ਹੇਟ ਸਪੀਚ ਦੀ ਆ ਰਹੀ ਆ ਸਾਡੇ। ਵੀਡੀਓ ਬਣਾਉਣ ਦਾ ਮਤਲਬ ਇਹ ਆ, ਉਹ ਨਕਲੀ ਠੇਕੇਦਾਰੋ ਬੰਨੇ ਤੁਹਾਡੇ ਮੂਹਰੇ ਹੱਥ, ਮੂਹਰੇ ਬੰਨੇ ਹੱਥ, ਤੁਸੀਂ ਆਦਿ, ਸਾਡੇ ਵੀ ਧਰਮ ਹੈਗੇ ਆ, ਸਾਂਭਣ ਦੋ ਲੋਕਾਂ ਨੂੰ ਆਪਦਾ ਆਪਦਾ ਧਰਮ, ਸਭ ਨੂੰ ਨੌਲੇਜ ਹੈਗੀ ਆ, ਤੁਸੀਂ ਨੀ ਨੌਲੇਜ ਚੱਕੇ ਫਿਰਦੇ, ਆਹ ਵੀਰੇ ਬੰਨੇ ਹੱਥ, ਤੁਸੀਂ ਆਹ ਮੁੱਦਾ ਰੋਕ ਦੋ, ਰੋਕ ਦੋ ਯਾਰ, ਕੋਈ ਆਪਦਾ ਨਵਾਂ ਫੜੋ ਤੇ ਪੈਸੇ ਕਮਾਓ, ਹਾਂ, ਗੱਲ ਖਤਮ। ਔਰ ਇਹਨਾਂ ਇਹ ਸਾਰੇ ਉਹ ਜਿਹੜੇ ਤੂੰ ਕਹਿੰਦਾ 20 ਬੰਦੇ ਨੇ, ਇਹ ਉਹ ਬੰਦੇ ਨੇ ਬਈ ਜਿਹਨਾਂ ਨੂੰ ਐਜੂਕੇਸ਼ਨ ਦਾ ਪਤਾ ਹੀ ਨਹੀਂ ਹੈਗਾ, ਇਹਨਾਂ ਨੂੰ ਸੋਚਣ ਦੀ। ਆ ਰੀਸੈਂਟ ਆ ਹੁਣ ਕੱਲ੍ਹ ਪਰਸੋਂ ਦੀ ਗੱਲ ਆ, ਤੁਹਾਨੂੰ ਮੈਂ ਦੱਸ ਦੇਣਾ, ਹੁਣ ਮੇਰੇ ਦਿਮਾਗ 'ਚ ਆ ਗਈ, ਕਰ ਲੈਂਦੇ ਹਾਂ। ਅਤੇ ਕੱਲ੍ਹ ਪਾਕਿਸਤਾਨ ਦੀ ਕੁੜੀ ਆ, ਯੰਗ ਕੁੜੀ ਆ, ਬੱਚੀ ਆ, 13-14 ਸਾਲ ਦੀ ਆ, ਅਤੇ ਉਹਦੀ ਮੰਮੀ ਇੰਡੀਆ ਉਹਨੂੰ ਲੈ ਕੇ ਆਈ ਆ, ਸਿੰਗਲ ਮਦਰ ਆ ਉਹ, ਠੀਕ ਆ, ਉਹ ਇੰਡੀਆ ਹੋਸਪਿਟਲ 'ਚ ਲੈ ਕੇ ਆਈ ਆ, ਹਾਰਟ ਟਰਾਂਸਪਲਾਂਟ ਹੋਇਆ ਵਾ ਉਹਦਾ, ਠੀਕ ਆ। ਮੈਂ ਤਾਂ ਦੱਸ ਰਿਹਾ ਵੀ ਇਹਨਾਂ ਨੂੰ, ਇਹ ਸਾਲੇ ਫੁੱਦੂਆਂ ਨੂੰ ਨਾ ਥੋੜ੍ਹਾ ਜਿਹਾ ਉਹ ਤੋਂ, ਉਹ ਰੇਖਾ ਤੋਂ, ਉਹ ਲਾਈਨ ਤੋਂ ਉੱਤੇ ਉੱਠ ਕੇ ਸੋਚਣਾ ਚਾਹੀਦਾ। ਜਦੋਂ ਕਿਸੇ 'ਤੇ ਬਿਪਤਾ ਪੈਂਦੀ ਆ ਨਾ, ਨਾ ਉਹ ਬਲੱਡ ਦੇਖਦਾ, ਨਾ ਰਿਲੀਜਨ ਦੇਖਦਾ, ਠੀਕ ਹੈ, ਨਾ ਉਹ ਜਾਤ ਪਾਤ, ਨਾ ਅਮੀਰੀ ਗਰੀਬੀ, ਕੁਛ ਨਹੀਂ ਦੇਖਦਾ ਅਗਲਾ। ਜਦੋਂ ਜੀ 'ਤੇ ਬਿਪਤਾ ਪੈਂਦੀ ਆ, ਤੁਹਾਨੂੰ ਮਿਲਦੇ ਆ ਫ੍ਰੀ ਦੇ ਉੱਥੇ ਖਾਣ ਨੂੰ, ਠੀਕ ਹੈ, ਤੁਹਾਨੂੰ ਆਦਤ ਪੈ ਗਈ ਉੱਥੇ, ਸਮਝ ਗਏ, ਤਾਂ ਕਰਕੇ ਤੁਸੀਂ ਤੁਹਾਨੂੰ ਡੇਲੀ ਇੱਕ ਟੋਪਿਕ ਚਾਹੀਦਾ ਹੈ। ਉਹ ਕੁੜੀ ਦਾ ਹਾਰਟ ਟ੍ਰਾਂਸਪਲਾਂਟ ਹੋਇਆ, ਮੈਂ ਥੋੜੀ ਜਿਹੀ ਕਲਿੱਪ ਲਾ ਦੂੰਗਾ ਵੀਡੀਓ ਦੇ ਵਿੱਚ। ਹਾਊ ਡਸ ਇਟ ਫੀਲ ਨਾਓ ਆਫਟਰ ਆਫਟਰ ਦ ਟ੍ਰਾਂਸਪਲਾਂਟ? ਗੁੱਡ, ਵੈਰੀ ਗੁੱਡ। And for you, it was very difficult. You are a single mother. And tell us what you had to go through when your child was... Mushkil to bahut tha, lekin phir hum log yahan par aaye, itna zyada amount main nahi kar pa rahi thi. Through the trust and my own personal finances and then a few patients helped, we funded the entire operations. ਠੀਕ ਹੈ, ਤੁਸੀਂ ਦੇਖ ਲਿਓ ਕਿੰਨੀ ਹੈਲਪ ਡਾਕਟਰਸ ਨੇ ਕੀਤੀ ਆ ਫੰਡ ਰੇਜ਼ ਕਰਨ ਲਈ ਵੀ। ਔਰ ਕੁੜੀ ਉਹ ਬਹੁਤ ਕਿਸੇ ਬਾਹਰਲੇ ਬੰਦੇ ਨੂੰ ਹਾਰਟ ਮਿਲਣਾ
ਕਹਿੰਦੇ ਲਗਭਗ ਨਾਮੁਮਕਿਨ ਉਹ ਚੀਜ਼ ਜਿਹੜਾ ਦਿਲ ਉਹਨੂੰ ਦਿੱਤਾ ਗਿਆ ਉਹ ਲੜਕੇ ਦਾ ਵਾ ਅਤੇ ਉਹ ਹੁਣ ਸਕਸੈਸਫੁਲੀ ਉਹ ਬੈਠੀ ਆ ਹੁਣ ਉਹ ਰਿਲੀਜ਼ ਹੋ ਜਾਣੀ ਹੋਸਪਿਟਲ 'ਚੋਂ ਹੁਣ ਉਹਨੇ ਵਾਪਸ ਆਪਦੇ ਪਾਕਿਸਤਾਨ ਘਰੇ ਉੱਥੇ ਚਲੀ ਜਾਣਾ ਵਾ ਉਹ ਇਹ ਗੱਲਾਂ ਵੀ ਹੈਗੀਆਂ ਨੇ ਦੁਨੀਆਂ 'ਤੇ ਇਹਨਾਂ ਦਾ ਵੀ ਸੋਚ ਇਹਨਾਂ 'ਤੇ ਵੀ ਕੁਛ ਸਿੱਖ ਲਓ ਯਾਰ ਇੰਡੀਆ ਪਾਕਿਸਤਾਨ ਦੀ ਗੱਲ ਸ਼ੇਅਰ ਹੀ ਕਰਨੀ ਹੈ ਇਹੋ ਜਿਹੀ ਕਰ ਦਿਓ ਯਾਰ ਅਗਰ ਤੁਸੀਂ ਐਡੇ ਹੀ ਧੱਤੇ ਹੁੰਦੇ ਫਿਰ ਡਾਕਟਰ ਨੇ ਵੀ ਕਹਿਣਾ ਸੀ ਭਾਈ ਨਹੀਂ ਸਾਡਾ ਧਰਮ ਖਤਰੇ 'ਚ ਹਾਂ ਚੜਦਾ ਲਹਿੰਦਾ ਇੱਕੋ ਬੋਲੀ ਚੰਗਾ ਭਲਾ ਇੰਨੀਆਂ ਸੋਹਣੀਆਂ ਯਾਰ ਇਹ ਜਿਹੜੇ ਹਰਾਮੀ ਬੈਠੇ ਆ ਨਾ ਇਹਨਾਂ ਤੋਂ ਦੇਖਿਆ ਨੀ ਗਿਆ ਜਰਿਆ ਨੀ ਗਿਆ ਇਹ ਪ੍ਰੋਪੋਗੰਡਾ ਹੈ ਨਹੀਂ ਯਾਰ ਇਹਨਾਂ ਤੋਂ ਬਚੋ ਇਹੀ ਕਹਿਣਾ ਸੀ ਵੀ ਛੱਡ ਦਿਓ ਇਹ ਮੁੱਦਾ ਖਤਮ ਕਰ ਦਿਓ ਜਿੰਨਾ ਬੋਲੋਗੇ ਅੱਗੇ ਵਧੀ ਜਾਣਾ ਵਾ ਮੁੱਦਾ ਹੋ ਗਿਆ ਤੁਹਾਡੀਆਂ ਲੜਾਈਆਂ ਪੈ ਗਈਆਂ ਜਿਹਨੇ ਮਰਨਾ ਮਰਾਉਣਾ ਸਾਈਡ ਤੇ ਮਾਰ ਲਓ ਹੁਣ ਇਹ ਮੁੱਦਾ ਛੱਡ ਇੱਕ ਟਾਈਮ ਬੰਨੋ ਉੱਥੇ ਭਾਈ ਇਕੱਠੇ ਹੋ ਜਾਓ ਨਹੀਂ ਉਹ ਥੋੜੀ ਏਡਾ ਏਡੇ ਵਾਲੇ ਥੋੜੀ ਹੁੰਦੇ ਇਕੱਠੇ ਹੋਣ ਐ ਮੇਰੇ ਨਾਲ ਇਕੱਠਾ ਹੋ ਜਾ ਤੂੰ ਲਾਈਵ ਕੱਲ ਇਹ ਇਕੱਠੇ ਕਿਵੇਂ ਹੁੰਦੇ ਉਹ ਵੀ ਸੁਣ ਲਾ ਤੈਨੂੰ ਦੇਖ ਲੂੰਗਾ ਹਾਂ ਦੇਖ ਲਾ ਆ ਜੀ ਫਿਰ ਕਿੰਨੇ ਵਜੇ ਰਾਤ ਨੂੰ 11 ਵਜੇ ਮੇਰੇ ਚੈਨਲ ਤੇ ਆ ਜੀ ਠੀਕ ਆ ਮੈਂ ਵੀ ਲਾਈਵ ਬੈਠੂੰਗਾ ਉੱਥੇ ਚੱਪਲਾਂ ਲਾ ਕੇ ਬੈਠਿਆਂ ਦਾ ਉਹ ਚੱਪਲ ਲਾ ਲੂ ਉਧਰੋਂ ਕਿਸੇ ਨੇ ਕਿਰਪਾਨ ਫੜ ਲੂ ਉਹ ਸਿਆਣੇ ਆ ਕਰਦੇ ਆ ਇਹ ਲਾਈਵ ਵਾਲੇ ਸਲੀਮੇ ਸਿਆਣੇ ਆ ਇਹਨਾਂ ਨੂੰ ਪਤਾ ਅਸੀਂ ਐਂ ਕਰਾਂਗੇ ਤਾਂ ਭੇਡਾਂ ਸਾਡੀਆਂ ਮੈਂ ਕਰਦੀਆਂ ਆਉਣੀਆਂ ਪਿੱਛੇ ਇਕੱਠਾ ਕਰ ਲੈ ਕੱਟ ਕਰ ਲੈ ਯਾਰ ਬੰਦੇ ਵੀ ਥੋੜੇ ਯਾਰ ਚਾਦਰੇ ਬੰਦੇ ਨੂੰ ਪਿੱਛੇ ਲੱਗਿਆ ਕਰੋ ਐਵੇਂ ਇਹਨਾਂ ਪਿੱਛੇ ਭੀੜ ਪਈ ਆ ਹੁਣ ਤਾਂ ਬਹੁਤ ਅੱਗੇ ਨਿਕਲ ਗਈ ਜਾਂਦਾ ਹੁਣ ਕਿਹੜੇ ਲੱਲੂ ਪੰਜੂਆਂ ਦੇ ਪਿੱਛੇ ਲੱਗਦੇ ਹੋ ਤੁਸੀਂ ਕੁਛ ਚੱਜ ਦੇ ਬੰਦਿਆਂ ਦੇ ਮਗਰ ਲੱਗੋ ਤਾਂ ਜੋ ਤੁਹਾਨੂੰ ਕੁਛ ਸਿੱਖਣ ਨੂੰ ਮਿਲੇ ਜਾਂ ਤੁਸੀਂ ਐਟਲੀਸਟ ਐਂਟਰਟੇਨ ਹੋਵੋ ਪ੍ਰੋਪਰਲੀ ਹਨਾ ਵਧੀਆ ਤਰੀਕੇ ਨਾਲ ਹਮੇਸ਼ਾ ਹੇਟ ਨੂੰ ਹੀ ਫੋਲੋ ਨਹੀਂ ਕਰੀਦਾ ਯਾਰ ਹਰ ਗੱਲ ਦਾ ਮੈਂ ਨੀ ਕਹਿੰਦਾ ਬਾਈ ਕਿਸੇ ਨੇ ਗਲਤ ਬੋਲਤਾ ਸ਼ਾਇਦ ਪਰਸਨਲੀ ਆਪਾਂ ਆਪਦੀ ਲਾਈਫ ਦੇ ਵਿੱਚ ਉਹਨੂੰ ਅਗਰੈਸਿਵ ਹੋ ਕੇ ਆਂਸਰ ਕਰ ਦਈਏ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਬੈਠੇ ਆ ਨਾ ਤੈਨੂੰ ਆਪਦੇ ਵਰਡ ਸੋਚ ਕੇ ਬੋਲਣੇ ਪੈਣੇ ਆ ਹਾਂ ਬਿਲਕੁਲ ਤੂੰ ਜ਼ਰੂਰੀ ਨਹੀਂ ਤੈਨੂੰ ਮੂਹਰੇ ਤੂੰ ਮੈਨੂੰ ਗਾਲ ਕੱਢੀ ਮੈਂ ਗਾਲ ਕੱਢ ਕੇ ਬੋਲਾਂ ਵਧੂਗਾ ਹੀ ਵਧੂਗਾ ਰੌਲਾ ਔਰ ਹਾਂ ਜੇ ਪਰਸਨਲ ਮੈਟਰ ਆਪਾਂ ਵਧਾ ਸਕਦੇ ਹਾਂ ਕੋਈ ਮੈਟਰ ਨਹੀਂ ਵਧਾਈ ਆ ਜਦੋਂ ਧਰਮ ਦੀ ਗੱਲ ਆ ਗਈ ਬਾਈ ਉਹਨੂੰ ਸਮਝਾਉਣ ਦੀ ਟਰਾਈ ਕਰੋ ਸਮਝਾ ਕੇ ਬਹਿ ਕੇ ਟੇਬਲ ਟਾਕ ਕਰ ਲਓ ਯਾਰ ਜੇ ਅਗਰ ਇਹ ਪਰਸਨਲੀ ਮੈਟਰ ਆ ਇਹਨੂੰ ਬਣਾਇਆ ਗਿਆ ਪਬਲਿਕ ਲਈ ਕਿਉਂਕਿ ਉਹ ਅੱਜ ਉਹ ਨੈਟ ਨੇ ਸਾਰਿਆਂ ਨੂੰ ਦੇਤੀ ਨਾ ਪਾਵਰ ਸੋਸ਼ਲ ਮੀਡੀਆ ਤੇ ਤਾਂ ਕਰਕੇ ਪਰਸਨਲ ਮੈਟਰ ਆ ਉਹਨਾਂ ਨੇ ਇੱਕ ਦੂਜੇ ਤੋਂ ਖੁੰਧ ਖੋਣੀ ਉਹਨਾਂ ਨੇ ਜਾ ਕੇ ਇਹਨਾਂ ਕੋਲ ਨੰਬਰ ਆ ਇੱਕ ਦੂਜੇ ਦੇ ਹਾਂ ਨੰਬਰ ਆ ਸਾਰੀ ਗੱਲ ਹੁੰਦੀ ਆ ਕਾਲਾਂ ਹੁੰਦੀਆਂ ਇੰਨੇ ਆਪਾਂ ਟੌਪਿਕ ਸਟਾਰਟ ਕਰਾਂਗੇ 98% ਇਹ ਸਕ੍ਰਿਪਟਡ ਆ ਠੀਕ ਆ 98% 2% ਚਲੋ ਮੰਨ ਲੈਂਦੇ ਆ ਵੀ ਹੋ ਸਕਦਾ ਕੋਈ ਚੀਜ਼ 98% ਇਹਨਾਂ ਦੀਆਂ ਰਾਤ ਨੂੰ ਗੱਲਾਂ ਹੁੰਦੀਆਂ ਨੇ ਵੀ ਬਾਈ ਆਹ ਆਪਾਂ ਮੁੱਦਾ ਚੱਕਾਂਗੇ ਇੱਥੇ ਆਹ ਚੀਜ਼ ਨੂੰ ਇੱਥੇ ਤੱਕ ਲੈ ਕੇ ਜਾਵਾਂਗੇ ਇੱਦਾਂ ਕਰਾਂਗੇ ਕਿਉਂ ਫਿਰ ਉਹੀ ਮੇਨ ਮੇਨ ਬੰਦੇ ਕੀ ਪਰਸਨ ਹੁੰਦੇ ਨੇ ਬਟ ਮੈਨੂੰ ਲੱਗਦਾ ਮੁੱਦਾ ਤੁਹਾਡੇ ਹੱਥੋਂ ਨਿਕਲ ਗਿਆ ਬਾਹਰ ਛੱਡ ਦਿਓ ਇਹਨੂੰ ਅੱਗੇ ਤੁਸੀਂ ਵੀ ਲੰਬੇ ਪੈ ਜਾਓਗੇ ਛੱਡ ਦਿਓ ਯਾਰ ਛੱਡ ਦਿਓ ਹੈ ਨਾ ਸਾਰੇ ਤੁਹਾਡੀਆਂ ਮਿਹਨਤ ਬਹੁਤ ਸੋਹਣੀਆਂ ਬੰਦਿਆਂ ਦੀਆਂ ਬਹੁਤ ਚੰਗੇ ਬੰਦਿਆਂ ਨੇ ਜਿਹੜੇ ਸਾਡੇ ਵਾਂਗੂ ਨਹੀਂ ਦੇਖਣਾ ਚਾਹੁੰਦੇ ਜਿਹੜੀ ਚੀਜ਼ ਆ ਰਹੀ ਹੈ ਸੋਸ਼ਲ ਮੀਡੀਆ ਤੇ ਬਥੇਰਿਆਂ ਨੇ ਵੀਡੀਓ ਪਾਈਆਂ ਕਿਸੇ ਦੀ ਮੰਨ ਲਓ ਬੰਦ ਕਰ ਦਿਓ ਆਪਦਾ ਫੋਨ ਚੱਕੋ ਗਾਲਾਂ ਕੱਢੋ ਲਾਈਵ ਹੋ ਕੇ ਗਾਲਾਂ ਦੇਣੀਆਂ ਨੰਬਰ ਹੈਗੇ ਨਾਲੇ ਕਹਿੰਦੇ ਮੇਰੇ ਕੋਲ ਨੰਬਰ ਆ ਲੋਕੇਸ਼ਨ ਆ ਭੇਜਦੇ ਆ ਫੋਨ ਚੱਕੋ ਗਾਲਾਂ ਕੱਢੀ ਆ ਤੁਸੀਂ ਫਿਰ ਡੇਲੀ ਉਹੀ ਮੁੱਦਾ ਲੈ ਕੇ ਆ ਜਾਂਦੇ ਹੋ ਖਤਮ ਕਰ ਲਓ ਤੁਹਾਡੇ ਨਿਬੜਦੀ ਨੀ ਫੋਨ ਤੇ ਉਹ ਫੋਨ ਤੇ ਜਿਹੜੀ ਗੱਲ ਹੋਣੀ ਉਹ ਵੀ ਨੈਟ ਤੇ ਪਾਉਣੀ ਉਹ ਵੀ ਨੈਟ ਤੇ ਪਾਉਣੀ ਉਹ ਵੀ ਪਾਉਣੀ ਵੀ ਹਾਂ ਮੈਂ ਨਾ ਹੋਇਆ ਆ ਹੋਇਆ ਉੱਥੇ ਬੰਦਾ ਖੜਾਇਆ ਹੁੰਦਾ ਕੈਮਰਾ ਲੈ ਪਰਸਨਲ ਗੱਲ ਕਰ ਰਹੇ ਹਾਂ ਕੈਮਰਾ ਇਹ ਕੰਮ ਹੋ ਰਿਹਾ ਫੁੱਦੂ ਲੋਕ ਨੇ ਯਾਰ ਇਹ ਇਹਨਾਂ ਪਿੱਛੇ ਨਾ ਲੱਗੋ ਸਾਡਾ ਟੌਪਿਕ ਇਹੀ ਸੀਗਾ ਅੱਜ ਦਾ ਇਹ ਟੌਪਿਕ ਸੀ ਅੱਜ ਦਾ ਤੇ ਇਹਦੇ ਨਾਲ ਹੀ ਅਸੀਂ ਤੁਹਾਤੋਂ ਲੈਂਦੇ ਹਾਂ ਇਜਾਜ਼ਤ ਡੂਗਰੋ ਚੈਨਲ ਨੂੰ ਪਿਆਰ ਦੇਣ ਲਈ ਫਿਰ ਦੁਬਾਰਾ ਧੰਨਵਾਦ ਸਬਸਕ੍ਰਾਈਬ ਕਰ ਲਿਓ ਅਤੇ ਹੋਰ ਵੀਡੀਓਜ਼ ਵੀ ਆਉਣ ਵਾਲੀਆਂ ਇਹ ਆਹ ਥੋੜ੍ਹੀ ਜਿਹੀ ਇਹੋ ਜਿਹੀ ਵੀਡੀਓ ਅਸੀਂ ਪਾਉਂਦੇ ਨਹੀਂ ਸਾਡਾ ਹੈਗਾ ਫਨ ਵਾਲਾ ਟਾਈਮ ਜਿਹਾ ਮਤਲਬ ਪੈਟਰਨ ਹੈ ਨਾ ਫਨ ਵਾਲੇ ਟਾਈਪ ਜਿਹੀ ਵੀਡੀਓ ਪਾਉਂਦੇ ਹਾਂ ਅਸੀਂ ਅਤੇ ਫਨ ਵਾਲੀ ਵੀਡੀਓ ਬਹੁਤ ਆਉਣਗੀਆਂ
ਦਿਮਾਗ 'ਚ ਕੰਟੈਂਟ ਆਉਂਦਾ ਰਹਿੰਦਾ ਵਾ, ਐਂ ਨਹੀਂ ਵੀ ਐਕਟਿੰਗ ਕਰਕੇ ਬੋਲ ਵੀ ਪਾ ਦਿੰਦੇ ਹਾਂ ਆਪਾਂ, ਠੀਕ ਹੈ ਚਲੋ ਜੀ ਬਾਬਾਸ।